ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Vaheguru 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 Sanman te satkar jog Guru pyari sath sangat ji o sab to pehla mere datar mere kartar meri baajan wali sachi sarkar unna da bakhshish kita hoya chardi kala wala nara sariyan sangata gajj ke gajaiye koi bhi rasna koi bhi mukhda koi bhi bhain koi bhi veer ਸਤਿਗੁਰਾਂ ਦੇ ਨਾਰੇ ਤੋਂ ਵਾਂਝਾ ਨਾ ਰਹੇ ਫਤਿਹ ਬਾਰੇ ਸ਼ੇਰ ਨੇ ਦੋ ਲੈਣਾ ਲਿਖੀਆਂ। ਕਹਿੰਦੇ ਫਤਿਹ ਧੁਰੋਂ ਅਕਾਲ ਨੇ ਆਪ ਭੇਜੀ, ਫਤਿਹ ਧੁਰੋਂ ਅਕਾਲ ਨੇ ਆਪ ਭੇਜੀ ਹੈ ਸ਼ਹੀਦਾਂ ਦੇ ਖੂਨ ਵਿੱਚੋਂ ਆਈ ਫਤਿਹ। ਜਰਾ ਤੱਕੋ ਸਰਹੰਦ ਦੀ ਕੰਧ ਵੱਲੇ ਤੇ ਸਾਹਿਬਜ਼ਾਦਿਆਂ ਕਿਵੇਂ ਬੁਲਾਈ ਫਤਿਹ। ਵਹਿਮਾਂ ਭਰਮਾਂ ਪਖੰਡਾਂ ਦਾ ਨਾਸ਼ ਕਰਦੀ ਤੇ ਪਿਆਰੇ ਪ੍ਰੀਤਮ ਦੇ ਤਾਈ ਮਲਾਏ ਫਤਿਹ। ਉਹਦੀ ਕਦੇ ਨੀ ਜੱਗ ਵਿੱਚ ਹਾਰ ਹੁੰਦੀ ਜਿਹੜਾ ਸੰਗਤਾਂ ਵਿੱਚ ਗੱਜ ਕੇ ਬੁਲਾਏ ਫਤਿਹ। ਬੁਲਾਓ ਫਤਿਹ, ਪਾਓ ਫਤਿਹ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ ਵੱਡੇ ਭਾਗਾਂ ਵਾਲੇ ਜੋ ਕਿ ਜਥੇਦਾਰ ਸਿੰਘ ਸਾਹਿਬ ਬਾਬਾ ਧਿਆਨ ਸਿੰਘ ਜੀ ਮੰਡ ਜਥੇਦਾਰ ਸਿੰਘ ਸਾਹਿਬ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਗਤਾਰ ਸਿੰਘ ਜੀ ਹਵਾਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਬਾਬਾ ਭਾਈ ਅਮਰੀਕ ਸਿੰਘ ਜੀ ਨਾਲਾ ਜਥੇਦਾਰ ਸਾਹਿਬ ਤੇ ਸਮੁੱਚੇ ਸਿੱਖ ਕੌਮ ਇੱਕ ਇਨਸਾਫ ਮੋਰਚੇ ਲਈ ਡਟੇ ਹੋਏ ਹੋ। ਮੇਰੇ ਬਾਜਾਂ ਵਾਲੇ ਸਤਿਗੁਰ ਅਵੱਛਾ ਜਿੱਤ ਬਖਸ਼ਣਗੇ ਫੱਜਾ ਚੜ੍ਹਦੀ ਕਲਾ। ਆਓ ਪਿਆਰੇ ਖਾਲਸਾ ਜੀ, ਗੁਰੂ ਦਾ ਖਾਲਸਾ ਪੈਦਾ ਹੋਇਆ ਖੰਡੇ ਦੀ ਧਾਰ ਵਿੱਚੋਂ, ਪਰ ਇੱਕ 20ਵੀਂ ਸਦੀ ਦੇ ਮਹਾਨ ਜਰਨੈਲ ਪੈਦਾ ਹੋਏ ਜਿਨ੍ਹਾਂ ਦਾ ਨਾਂ ਸੁਣ ਕੇ ਦਿੱਲੀ ਦੀ ਸਰਕਾਰ ਥਰ ਥਰ ਕੇ ਕੰਬੀ। ਮੈਂ ਆਪਣੀ ਕਲਮ ਨਾਲ ਦੋ ਲੈਣਾ ਲਿਖੀਆਂ ਕਿ ਬੜੇ ਦੁਨੀਆਂ ਤੇ ਮਰਦ ਦਲੇਰ ਆਏ, ਬੜੇ ਦੁਨੀਆਂ ਤੇ ਮਰਦ ਦਲੇਰ ਆਏ ਤੇ ਮਰਦ ਆਇਆ ਨੀ ਸੰਤ ਜਰਨੈਲ ਵਰਗਾ। ਓਏ ਜਦੋਂ ਗਰਜਦਾ ਸ਼ੇਰ ਦੀ ਗਰਜ ਪੈਂਦੀ ਤੇ ਲੰਬਾ ਗੱਭਰੂ ਤੂਤ ਦੀ ਕਹਿਲ ਵਰਗਾ, ਉਹਦੇ ਬੋਲ ਸੁਣ ਕੇ ਇੰਦਰਾ ਵੀ ਕੰਬ ਗਈ ਸੀ, ਉਹਦੇ ਬੋਲ ਸੁਣ ਕੇ ਦਿੱਲੀ ਵੀ ਕੰਬ ਗਈ ਸੀ ਤੇ ਰਾਸ਼ਟਰਪਤੀ ਕੰਬਿਆ ਸੀ ਗਿਆਨੀ ਜੈਲ ਵਰਗਾ। ਸੁਰਿੰਦਰ ਕੌਰੇ ਕਿਹੜਾ ਦੱਸ ਰੀਸ ਕਰ ਲੂ, ਕੋਈ ਹੋ ਸਕਦਾ ਨੀ ਸੰਤ ਜਰਨੈਲ ਸਿਉਂਦੇ ਪੈਰ ਵਰਗਾ। ਆਓ ਪਿਆਰੇ ਖਾਲਸਾ ਜੀ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਰਹੇ ਸਾਡੇ ਜਥੇਦਾਰ ਸਾਡੀ ਕੌਮ। ਮੇਰੇ ਕੋਲ ਸਮਾਂ ਨੀ ਕਿ ਮੈਂ ਬਹੁਤਾ ਕੁਛ ਕਹਿ ਜਾਵਾਂ, ਮੈਂ ਇੱਕੋ ਹੀ ਕਵਿਤਾ ਵਰਗਾੜੀ ਕਾਂਡ ਬਾਰੇ ਕਹਿ ਜਾਣੀ। ਪਿਆਰੇ ਖਾਲਸਾ ਜੀ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋ ਗਏ ਤਾਂ ਸਰਕਾਰ ਸਾਡੀ ਮੌਕੇ ਦੀ ਸਰਕਾਰ ਪੰਥਕ ਸਰਕਾਰ ਕਹਾਉਣ ਵਾਲੀ ਸਾਡੇ ਅਕਾਲ ਤਖ਼ਤ ਸਾਹਿਬਾਂ ਦੇ ਜਥੇਦਾਰ ਸਾਡੇ ਆਗੂ ਲੀਡਰ ਹੱਥਾਂ ਤੇ ਹੱਥ ਧਰ ਕੇ ਬੈਠੇ ਰਹੇ। ਪਰ ਪਿਆਰੇ ਖਾਲਸਾ ਜੀ, ਉਹ ਕੌਮ ਸੜਕਾਂ ਤੇ ਉਤਰ ਆਈ ਹੈ, ਪਰ 3 ਮਹੀਨਿਆਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਪੰਨਾ ਬਰਗਾੜੀ ਨਗਰ ਦੇ ਵਿੱਚ ਕੀਤਾ ਗਿਆ। ਸਿੱਖ ਕੌਮ ਦੇ ਹਿਰਦੇ ਬਲੁੰਦਰੇ ਗਏ। ਪਰ ਮੈਂ ਬਹੁਤਾ ਕੁਛ ਨਾ ਕਹਿੰਦੀ ਹੋਈ ਇਸ ਕਵਿਤਾ ਦਾ ਲੈਕਚਰ ਆਪਣੇ ਆਪ ਕਵਿਤਾ ਕਰੇਗੀ। ਇਹਨਾਂ ਨੂੰ ਬਿਆਨ ਕਰ ਰਹੇ ਹੈ ਬੇਟੀ ਪਰਮਜੀਤ ਕੌਰ, ਬੇਟੀ ਸਿਮਨਜੀਤ ਕੌਰ, ਸਰੰਗੀ ਮਾਸਟਰ ਭਾਈ ਮਨਦੀਪ ਸਿੰਘ, ਬੀਬੀ ਸੁਰਿੰਦਰ ਕੌਰ, ਪਿੰਡ ਕਲਹਿਰੀ, ਜ਼ਿਲ੍ਹਾ ਮਾਨਸਾ, ਪੰਜਾਬ ਦਾ ਢਾਡੀ ਜਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ ਦੀ ਜਿੰਦ ਵਾਰਦੇ ਹੋਏ ਦੋ ਕੌਮ ਦੇ ਹੀਰੇ ਵਰਗਾੜੀ ਕਾਂਡ ਦੇ ਵਿੱਚ ਕੋਟਕਪੂਰੇ ਦੀ ਧਰਤੀ ਤੇ ਜਿਵੇਂ ਸ਼ਹੀਦੀਆਂ ਦੇ ਗਏ, ਉਸ ਮੌਕੇ ਦੀਆਂ ਲੈਣਾਂ ਨੂੰ ਹੇ ਇੰਜ ਬਿਆਨ ਕੀਤਾ ਜਾ ਰਿਹਾ। Thank you.
ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਗੁਰੂ ਗ੍ਰੰਥ ਸਾਹਿਬ ਜੀ ਪਿੰਡ ਬੁਰਜ ਜਵਾਰ ਵਿੱਚੋਂ ਚੋਰੀ ਹੋ ਗਏ ਸਿੱਖ ਸੰਗਤਾਂ ਨੇ ਰੌਲਾ ਪਾਇਆ ਪਰ ਮੌਕੇ ਦੀ ਸਰਕਾਰ ਪੰਥਕ ਸਰਕਾਰ ਹੱਥਾਂ ਤੇ ਹੱਥ ਧਰ ਕੇ ਬੈਠ ਗਈ ਕੰਨ ਤੇ ਜੂਨਾ ਸਰਕੀ ਪਰ ਸਾਡੇ ਕਮੇਟੀ ਮੈਂਬਰ ਅੱਜ ਏਸੀ ਛੱਡ ਕੇ ਅੰਦਰ ਵੜ ਕੇ ਸੌਂਗੇ ਪਰ ਕਿਸੇ ਨੇ ਗੱਲ ਨਾ ਸੁਣੀ ਪਰ ਜੇ ਕਿਤੇ ਅਸੀਂ ਰੋਸ ਕੀਤਾ ਜੇ ਕਿਤੇ ਅਸੀਂ ਸੜਕਾਂ ਤੇ ਆਏ ਅਸੀਂ ਸੜਕਾਂ ਤੇ ਆ ਕੇ ਧਰਨੇ ਲਾਏ ਮੋਰਚੇ ਲਾਏ ਤੇ ਸਾਡੀ ਅਖੌਤੀ ਸਰਕਾਰ ਸਾਡੀ ਪੰਥਕ ਸਰਕਾਰ ਕਹਾਉਣ ਵਾਲੀ ਨੇ ਸਾਡੇ ਉੱਪਰ ਗੋਲੀਆਂ ਛੱਡੀਆਂ ਤੇ ਗੋਲੀਆਂ ਮਾਰੀਆਂ ਸਿੱਖ ਕੌਮ ਜਿੱਥੇ ਫੱਟੜ ਹੋਈ ਉੱਥੇ ਦੋ ਕੌਮ ਦੇ ਚੰਨ ਵਰਗੇ ਹੀਰੇ ਗੁਰਜੀਤ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਪਰ ਉਹਨਾਂ ਦੇ ਮਾਪਿਆਂ ਤੋਂ ਅੱਜ ਪੁੱਛ ਕੇ ਦੇਖੋ ਪਿਆਰਿਓ ਜਿਹੜੇ ਕੌਮ ਲਈ ਜਾਨਾਂ ਵਾਰੀਏ ਕਿਸੇ ਸ਼ਹਿਰ ਨੇ ਦੋ ਲੈਣਾ ਲਿਖੀਆਂ ਕਹਿੰਦੇ ਓ ਪੁੱਤਾਂ ਵਾਲਿਓ ਜੱਗ ਤੇ ਪੁੱਤ ਮੇਵਾ ਪੁੱਤਾਂ ਵਾਲਿਓ ਜੱਗ ਤੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤ ਓਏ ਪੁੱਤਰ ਪਰਾਂ ਤੇ ਉੜਦੀ ਫਿਰੇ ਦੁਨੀਆ ਮਾਪੇ ਬੁੱਤ ਦੇ ਵਿੱਚ ਪ੍ਰਾਣ ਪੁੱਤ ਜਿਉਂਦੀ ਜਾਨ ਸਹਾਰਾ ਮਾਪਿਆਂ ਦਾ ਤੇ ਹੁੰਦੇ ਮੋਇਆਂ ਪਿੱਛੋਂ ਨਿਸ਼ਾਨ ਪੁੱਤਰ ਸੀਤਲ ਪੁੱਤਰਾਂ ਬਾਜਨਾ ਸੋਹਣ ਮਾਪੇ ਤੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਪਰ ਕਮੇਟੀ ਮੈਂਬਰ ਅੰਦਰ ਵੜ ਗਏ ਜਿਹੜੇ ਕਮੇਟੀ ਮੈਂਬਰ ਜ਼ਿੰਮੇਵਾਰ ਕਹਾਉਣ ਵਾਲੇ ਅਸੀਂ ਵੋਟਾਂ ਪਾ ਕੇ ਜਿਤਾਏ ਉਹ ਅੰਦਰ ਵੜ ਕੇ ਬੈਠ ਗਏ ਪਰ ਜੇ ਸਿੱਖ ਕੌਮ ਨੇ ਰੋਸ ਕੀਤਾ ਤੇ ਸਾਨੂੰ ਕੀ ਮਿਲਿਆ ਗੋਲੀਆਂ ਮਿਲੀਆਂ ਸਾਨੂੰ ਡਾਂਗਾਂ ਮਿਲੀਆਂ ਸਾਡੇ ਉੱਤੇ ਗੰਦੇ ਪਾਣੀਆਂ ਦੀਆਂ ਬਾਰਿਸ਼ਾਂ ਹੋਈਆਂ ਸਾਨੂੰ ਦੁੱਖ ਸਹਿਣੇ ਪਏ ਪਰ ਦੇਸ਼ ਦੀ ਸੇਵਾ ਬੜੀ ਔਖੀ ਹੈ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਉਹ ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸੜਕਾਂ ਤੇ
ਕ੍ਰਿਸ਼ਨ ਨੇ ਮੋੜੀਆਂ ਜ਼ਿੰਦਗੀ ਪਾਹੋਂ ਵਾਕਾਂ ਗੁਰਜੀਤ ਕ੍ਰਿਸ਼ਨ ਨੇ ਮੋੜੀਆਂ ਜ਼ਿੰਦਗੀ ਪਾਹੋਂ ਵਾਕਾਂ ਹੋ ਗਈ ਸੀ ਰੱਤਾ ਤਰਸ ਨਾ ਕਰਿਆ ਜਲਾਦਾ ਗੁਰਜੀਤ ਸਿੰਘ ਕ੍ਰਿਸ਼ਨ ਨੇ ਮੋੜੀਆਂ ਜ਼ਿੰਦਗੀ ਵੱਲੋਂ ਬਾਗਾਂ ਭਾਈ ਗੁਰਜੀਤ ਸਿੰਘ ਸਰਾਮਾ ਤੇ ਕ੍ਰਿਸ਼ਨ ਭਗਵਾਨ ਸਿੰਘ ਨੇ ਜ਼ਿੰਦਗੀ ਵੱਲੋਂ ਬਾਗਾਂ ਮੋੜ ਲੀਆਂ ਸ਼ਹਾਦਤਾਂ ਦੇ ਗਏ ਪਰ ਪੁੱਛਿਆ ਗਿਆ ਕਿ ਗੋਲੀ ਕਿਉਂ ਚਲਾਈ ਗਈ ਜਾਪ ਸਾਹਿਬ ਕਰਦੀਆਂ ਗੁਰਸਿੱਖ ਸੰਗਤਾਂ ਦੇ ਉੱਤੇ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿਸੇ ਅਣਪਛਾਤੇ ਪੁਲਿਸੀਏ ਨੇ ਗੋਲੀ ਮਾਰੀ ਹੋਊਗੀ ਪਰ ਅਣਪਛਾਤਾ ਪੁਲਿਸ ਵਾਲਾ ਕੋਈ ਹੁੰਦਾ ਤੈ ਮੈਂ ਤਾਂ ਅਣਪਛਾਤੇ ਹੋਏ ਪਰ ਪੁਲਿਸ ਵਾਲਾ ਕਦੇ ਅਣਪਛਾਤਾ ਸੁਣਿਆ ਪਰ ਪਿਆਰੇ ਖਾਲਸਾ ਜੀ ਇਨਸਾਫ ਨਹੀਂ ਨਾ ਸਾਨੂੰ ਕਿਤੇ ਮਿਲਿਆ ਇਨਸਾਫ ਨਾ ਮਿਲੇ ਕਦੇ ਦਿੱਲੀ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਸ਼ਹਿਰ ਕਹਿੰਦਾ ਤੇਰੀ ਖਾਤਰ ਲੜ ਕੇ ਦੇਖ ਲਿਆ ਤੇਰੀ ਖਾਤਰ ਮਰ ਕੇ ਦੇਖ ਲਿਆ ਤੇਰੀ ਖਾਤਰ ਲੜ ਕੇ ਦੇਖ ਲਿਆ ਤੇਰੀ ਖਾਤਰ ਮਰ ਕੇ ਦੇਖਿਆ ਤੈਨੂੰ ਕਦਰ ਨਾ ਕੋਈ ਨੀ ਦਿਲ ਗਏ ਤੂੰ ਨਾ ਸਾਡੀ ਹੋਈ ਨੀ ਦਿਲ ਗਏ ਤੂੰ ਨਾ ਸਾਡੀ ਹੋਈ ਕਦੇ ਦਿੱਲੀ ਸਾਡੀ ਨੀ ਹੋਈ ਤੇ ਦਿੱਲੀ ਦੇ ਹੁਕਮਰਾਨ ਜਿਹੜੇ ਪੰਜਾਬ ਚ ਬਣਦੇ ਉਹ ਵੀ ਸਾਡੇ ਨੀ ਬਣੇ ਪਰ ਪਿਆਰਿਓ ਜੇ ਅਸੀਂ ਕੁਛ ਲੈਣਾ ਤੇ ਇੱਕ ਮੁੱਠ ਹੋ ਜਾਈਏ ਤੈ ਦਿਲੋਂ ਧੰਨਵਾਦ ਹੈ ਗੁਰਸਿੱਖ ਸੰਗਤਾਂ ਦਾ ਸਮੁੱਚੀ ਸੰਗਤ ਵੱਲੋਂ ਬਹੁਤ ਸਾਰਾ ਮਾਨ ਤੇ ਪਿਆਰ ਆਇਆ ਜਥੇਦਾਰ ਸਹਿਬਾਨ ਧਿਆਨ ਸਿੰਘ ਜੀ ਮੰਡ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਦੇ ਕੇ ਇਤਿਹਾਸ ਦਾ ਮਾਨ ਬਾਬਾ ਦਾਦੂਵਾਲ ਉਹਨਾਂ ਵੱਲੋਂ ਗੁਰੂ ਕੀ ਸੰਗਤਾਂ ਵੱਲੋਂ ਬੜਾ ਹੀ ਮਾਨ ਤੇ ਪਿਆਰ ਢਾਡੀ ਜਥਾ ਤੁਹਾਡਾ ਆਪਣਾ ਇਹ ਕਵਿਤਾ ਜਦੋਂ ਥਾਂ ਥਾਂ ਤੇ ਧਰਨੇ ਲੱਗ ਰਹੇ ਸੀ ਅਸੀਂ ਸਾਬੋ ਕੀ ਤਲਵੰਡੀ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਪੁਲ ਤੇ ਧਰਨਾ ਲੱਗਿਆ ਹੋਇਆ ਸੀ ਆ ਭਾਈ ਮੇਜਰ ਸਿੰਘ ਜੀ ਢਾਡੀ ਸਾਬੋ ਤਲਵੰਡੀ ਵਾਲੇ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚੀ ਵੀ ਫੋਨ ਕੀਤਾ ਵੀ ਕਿੱਥੇ ਜੇ ਧਰਨਾ ਇਹ ਮੈਨੂੰ ਮੋਟਰਸਾਈਕਲ ਤੇ ਲੈ ਕੇ ਆ ਰਹੇ ਸੀ ਮੈਨੂੰ ਕਹਿੰਦਾ ਬੀਬੀ ਕੋਈ ਕਹਿੰਦਾ ਸਿੰਘ ਸ਼ਹੀਦ ਹੋ ਗਏ ਕੋਈ ਕਵਿਤਾ ਮੈਂ ਕਹਿੰਦਾ ਲੈ ਹੁਣੇ ਲਿਖਦੇ ਨੇ ਤਖ਼ਤ ਸਾਹਿਬ ਦਮਦਮਾ ਸਾਹਿਬ ਤੋਂ ਪੁਲ ਤੱਕ ਆਉਂਦਿਆਂ ਮੈਂ ਮੋਟਰਸਾਈਕਲ ਤੇ ਬੈਠੀ ਨੇ ਕਵਿਤਾ ਲਿਖੀ ਪਰ ਕਈ ਥਾਈਂ ਬੋਲੀ ਜਾਂਦੀ ਹੈ ਅੱਜ ਇਨਸਾਫ ਮੋਰਚੇ ਵਿੱਚ ਬੋਲੀ ਹੈ ਗੁਰੂ ਕੀ ਸੰਗਤਾਂ ਨੇ ਬੜਾ ਹੀ ਮਾਣ ਦਿੱਤਾ ਧੰਨਵਾਦ ਪਰ ਮੈਂ ਬੇਨਤੀ ਕਰਦੀ ਹਾਂ ਸੰਗਤਾਂ ਨੂੰ ਭਾਈ ਇਹ ਮੇਜਰ ਸਿੰਘ ਕੌਮ ਦੇ ਮਹਾਨ ਢਾਡੀ ਹੈ ਸਾਰੀ ਜ਼ਿੰਦਗੀ ਸਿੱਖ ਪੰਥ ਦੀ ਸੇਵਾ ਕਰਦੇ ਰਹੇ ਇਹਨਾਂ ਦਾ ਬੱਚਾ ਬੜਾ ਹੀ ਸੋਹਣਾ ਸਰੰਗੀ ਵਾਦਕ ਬਣ ਗਿਆ ਬੀ ਏ ਦੀ ਪੜ੍ਹਾਈ ਤੱਕ ਕਰਦਾ ਸੀ ਪਰ ਨਾਲ ਦੂਸਰਾ ਬੱਚਾ ਸੀ ਕਿਸੇ ਪ੍ਰੋਗਰਾਮ ਤੇ ਚੱਲੇ ਐਕਸੀਡੈਂਟ ਹੋਇਆ ਦੋਨੇ ਬੱਚੇ ਅੱਜ ਹਸਪਤਾਲਾਂ ਵਿੱਚ ਪਏ ਹੈ ਘਰ ਵਿੱਚ ਗਰੀਬੀ ਹੈ ਪਰ ਕੌਮ ਦੇ ਢਾਡੀ ਇੱਕ ਕੌਮ ਦੀ ਜਾਨ ਹੈ ਜੋ ਮੁਰਦਿਆਂ ਵਿੱਚ ਜਾਨਾਂ ਪਾ ਦਿੰਦੇ ਹੈ ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਪੈਦਾ ਕੀਤਾ ਜਿੰਨਾ ਕੁ ਵੀ ਹੋ ਸਕੇ ਇਹਦੇ ਬੱਚਿਆਂ ਦਾ ਸਿੱਖ ਪੰਥ ਜੋ ਵੀ ਢਾਡੀ ਵੀਰ ਪਹੁੰਚੇ ਖਾਸ ਕਰਕੇ ਆਪਾਂ ਸਾਰੇ ਢਾਡੀ ਮਿਲ ਕੇ ਕੁਛ ਨਾ ਕੁਛ ਇਹਨਾਂ ਦੀ ਸਹਾਇਤਾ ਕਰਕੇ ਬੱਚੇ ਹਸਪਤਾਲ ਚ ਪਏ ਆ ਸ਼ਾਇਦ ਜਾਨ ਬਚ ਰਹੇ ਸਿੱਖ ਕੌਮ ਪਿਆਰਿਓ ਇੱਕ ਸੰਗਤ ਕਲਪ ਬਿਰਛ ਹੋਇਆ ਕਰਦੀ ਹੈ ਆਓ ਢਾਡੀ ਜਥੇ ਤੋਂ ਹੋਈਆਂ ਗਲਤੀਆਂ ਦੀ ਖਿਮਾ ਮੈਂ ਸਤਿਗੁਰ ਨਾਨਕ ਪਾਤਸ਼ਾਹ ਅੱਗੇ ਅਰਦਾਸ ਕਰਦੀ ਹਾਂ ਇਸ ਇਨਸਾਫ ਮੋਰਚੇ ਨੂੰ ਚੜ੍ਹਦੀ ਕਲਾ ਤੇ ਜੋ ਵੀ ਮੰਗਾਂ ਪੰਥ ਨੇ ਰੱਖੀਆਂ ਉਹ ਮੇਰੇ ਸਤਿਗੁਰ ਨਾਨਕ ਪਾਤਸ਼ਾਹ ਝੋਲੀ ਵਿੱਚ ਪਾਉਣ ਤੇ ਸਿੱਖ ਕੌਮ ਦੀ ਸਦਾ ਹੀ ਚੜ੍ਹਦੀ ਕਲਾ ਰਹੇ ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ ਇੱਕ ਵਾਰੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ